ਅਸਲਾਮ ਵਾਲੇਕੁਮ ਦੋਸਤੋ, ਮੈਂ ਮੁਹੰਮਦ ਔਨ, ਤੁਸੀਂ ਵੇਖ ਰਹੇ ਹੋ ਟਰੈਕਟਰ ਪਾਵਰ ਜ਼ੋਨ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ। ਅੱਜ ਦੋਸਤੋ ਟਰੈਕਟਰ ਹੈ ਮੈਸੀ 375 2011 ਦਾ ਟਰੈਕਟਰ ਦਾ ਮਾਡਲ ਹੈ। ਟਰੈਕਟਰ ਦੀ ਕੰਡੀਸ਼ਨ ਬਿਲਕੁਲ ਬਿਹਤਰੀਨ ਹੈ। ਇੰਜਣ ਦਾ ਗੇਅਰ ਹਿੱਸੇ ਦਾ ਵੀ ਟਰੈਕਟਰ ਜ਼ਬਰਦਸਤ ਹੈ। ਸਮਾਨ ਵੀ ਟਰੈਕਟਰ ਨੂੰ ਸਾਰਾ ਲੱਗਾ ਹੈ, ਨੰਬਰ ਵੀ ਆਲ ਪੰਜਾਬ ਦਾ ਲੱਗਾ ਹੈ। ਅਤੇ ਬਾਕੀ ਦੋਸਤੋ ਟਰੈਕਟਰ ਦੀ ਕੰਡੀਸ਼ਨ ਜਿਹੜੀ ਉਹ ਤੁਸੀਂ ਵੀਡੀਓ ਦੇ ਵਿੱਚ ਆਪ ਚੈੱਕ ਕਰ ਲਓ ਜੀ। ਕਲਰ ਟਰੈਕਟਰ ਦਾ ਵੇਖ ਲਓ, ਕਲਰ ਟਰੈਕਟਰ ਦਾ ਜਿਹੜਾ ਹੈ ਦੋਸਤੋ ਜੈਨੂਇਨ ਹੀ 2011 ਦਾ ਮਾਡਲ ਹੈ ਔਰ ਕਲਰ ਟਰੈਕਟਰ ਦਾ ਦੋਸਤੋ ਜੈਨੂਇਨ ਹੀ। ਬਾਕੀ ਦੋਸਤੋ ਪੈਦਾਨ ਵਗੈਰਾ ਟਰੈਕਟਰ ਦੇ ਵੇਖ ਲਓ, ਬਿਲਕੁਲ ਜ਼ਬਰਦਸਤ ਹਨ, ਕੋਈ ਤਰੁੱਟ ਬਾਜ ਨਹੀਂ, ਡਿੰਗ ਫੜਿੰਗ ਨਹੀਂ। ਟਰੈਕਟਰ ਦੋਸਤੋ ਪਹਿਲੇ ਓਨਰ ਦੇ ਕੋਲ ਇਹ ਫਸਟ ਓਨਰ ਟਰੈਕਟਰ ਹੈ ਔਰ ਇੰਜਣ ਟਰੈਕਟਰ ਦਾ ਜਿਹੜਾ ਇਹ ਇੱਕ ਦਫ਼ਾ ਖੁੱਲ ਚੁੱਕਾ ਹੈ, ਜੈਨੂਇਨ ਇੰਜਣ ਟਰੈਕਟਰ ਦਾ ਨਹੀਂ ਹੈ। ਮੜੀਗਾ ਟਰੈਕਟਰ ਦੇ ਵੇਖ ਲਓ, ਮੜੀਗਾ ਟਰੈਕਟਰ ਦੇ ਜੈਨੂਇਨ ਹਨ। ਰਿਮਾਂ ਦਾ ਕਲਰ ਵੇਖ ਲਓ, ਟਾਇਰ ਵੀ ਟਰੈਕਟਰ ਦੇ ਵੇਖ ਲਓ, ਬਾਕੀ ਸਮਾਨ ਵੀ ਟਰੈਕਟਰ ਦਾ ਚੈੱਕ ਕਰ ਲਓ, ਛੱਤ ਅਤੇ ਪਿੱਛੇ ਵਾਲੀ ਸੀਟ ਵੀ ਚੈੱਕ ਕਰ ਲਓ। ਟੂਪਾਂ ਦਾ ਕਲਰ ਵੀ ਚੈੱਕ ਕਰ ਲਓ, ਲਿੰਕਾਂ ਵੀ ਚੈੱਕ ਕਰ ਲਓ। ਕਲਰ ਦੋਸਤੋ ਟਰੈਕਟਰ ਦਾ ਜਿਹੜਾ ਹੈ ਮੁਕੰਮਲ ਜੈਨੂਇਨ ਹੈ। ਟਾਇਰਾਂ ਦੀ ਕੰਡੀਸ਼ਨ ਦਾ ਅੰਦਾਜ਼ਾ ਜਿਹੜਾ ਉਹ ਤੁਸੀਂ ਆਪ ਲਾ ਲਓ ਵੀਡੀਓ ਦੇ ਵਿੱਚ। ਤਕਰੀਬਨ ਦੋਸਤੋ 10,000 ਦੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈ। ਰਿਮ ਟਰੈਕਟਰ ਦੇ ਜਿਹੜੇ ਝਾਰੇ ਬਿਲਕੁਲ ਬੇਦਾਗ ਹਨ। ਪੁਰਾਣਾ ਮਾਡਲ ਦੋਸਤੋ ਟਰੈਕਟਰ ਹੈ ਲੇਕਿਨ ਕੰਡੀਸ਼ਨ ਦਾ ਜਿਹੜਾ ਹੈ ਬਿਲਕੁਲ ਸਾਫ਼ ਹੈ। ਇਹ ਦੂਜੀ ਸਾਈਡ ਤੋਂ ਇੰਜਣ ਚੈੱਕ ਕਰ ਲਓ। ਇਹ ਦੋਸਤੋ 2011 ਦੇ ਪਹਿਲੇ ਮਹੀਨੇ ਦੇ ਵਿੱਚ ਆ ਜਾਏ, ਠੀਕ ਹੈ ਜੀ। ਸ਼ੋ ਟਰੈਕਟਰ ਦੀ ਵੇਖ ਲਓ, ਸ਼ੋ ਟਰੈਕਟਰ ਦੀ ਬਿਲਕੁਲ ਜ਼ਬਰਦਸਤ ਹੈ। ਅੱਗੇ ਵਾਲਾ ਹਿੱਸਾ ਚੈੱਕ ਕਰ ਲਓ, ਸਪਿੰਡਲ ਵਗੈਰਾ ਵੇਖ ਲਓ, ਅੱਗੇ ਵਾਲੇ ਰਿਮਾਂ ਦੀ ਕੰਡੀਸ਼ਨ ਵੇਖ ਲਓ, ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ। ਔਰ ਇਹ ਦੋਸਤੋ ਇਸ ਨੂੰ ਟਰੈਕਟਰ ਨੂੰ ਬੂਥ ਆ ਜਿਹੜਾ ਹੈ ਉਹ 385 ਵਾਲਾ ਜੈਨੂਇਨ ਲੱਗਾ ਹੈ। ਉਦੋਂ ਤੱਕ 385 ਵਾਲਾ ਜਿਹੜਾ ਬੂਥ ਹੈ ਉਹ ਲੱਗਦਾ ਹੈ। 2010-11 ਤੱਕ ਜਿਹੜੇ ਇਹ ਬੂਥ ਆ ਜਿਹੜੇ 11 ਦੇ ਪਹਿਲੇ ਪਹਿਲੇ ਮਹੀਨੇ ਦੇ ਵਿੱਚ ਦੋਸਤਾਂ ਟਰੈਕਟਰ ਲਏ ਹਨ ਉਹਨਾਂ ਨੂੰ ਵੀ ਇਹ ਜੈਨੂਇਨ ਬੂਥ ਲੱਗ ਕੇ ਆ ਜਾਏ। ਹੁਣ ਜਿਹੜੇ 75 ਆ ਰਹੇ ਹਨ ਉਹਨਾਂ ਦਾ ਜਿਹੜਾ ਦੋਸਤੋ ਗੋਲ ਬੂਥ ਹੈ, ਇਹਦਾ ਚੈੜਾ ਬੂਥ ਹੈ, ਠੀਕ ਹੈ ਜੀ। ਔਰ ਇਹ ਜੈਨੂਇਨ ਹੈ। ਸਮਾਨ ਟਰੈਕਟਰ ਦਾ ਵੇਖ ਲਓ, ਇਹ ਬੰਪਰ ਟਰੈਕਟਰ ਦਾ ਚੈੱਕ ਕਰ ਲਓ, ਬੰਪਰ ਟਰੈਕਟਰ ਨੂੰ ਕਾਫ਼ੀ ਜ਼ਬਰਦਸਤ ਔਰ ਮਜ਼ਬੂਤ ਲੱਗਾ ਹੈ। ਛੱਤ ਵੀ ਲੱਗੀ ਹੈ, ਪਿੱਛੇ ਵਾਲੀ ਸੀਟ ਵੀ ਲੱਗੀ ਹੈ, ਨੰਬਰ ਵੀ ਆਲ ਪੰਜਾਬ ਦਾ ਲੱਗਾ ਹੈ।
ਸ਼ੋਅ ਵੀ ਟਰੈਕਟਰ ਦੀ ਦੋਸਤੋ ਜੈਨੂਇਨ ਹੀ, ਖਰਾਸ਼ ਖਰੂਸ਼ ਸ਼ੋਅ ਦੇ ਉੱਤੇ ਨਹੀਂ ਲੱਗੀ, ਭਾਵੇਂ ਮਾਲਕਾਂ ਲਾ ਕੇ ਰੱਖੀ ਜਾਂ ਭਾਵੇਂ ਨਾਲ ਲਾ ਕੇ ਰੱਖੀ, ਲੇਕਿਨ ਸ਼ੋਅ ਜਿਹੜੀ ਬਿਲਕੁਲ ਸਾਫ਼ ਹੈ। ਠੀਕ ਹੈ ਜੀ, ਟਰੈਕਟਰ ਇੰਜਣ ਦਾ ਗੇਅਰ ਹਿੱਸੇ ਦਾ ਬਿਲਕੁਲ ਜ਼ਬਰਦਸਤ ਹੈ। ਮਕੈਨੀਕਲ ਦੋਸਤੋ ਟਰੈਕਟਰ ਜਿਹੜੇ ਬਿਲਕੁਲ ਫਿੱਟ ਹੈ, ਸਲਫ ਸਟਾਰਟ, ਇੰਜਣ ਦਾ ਗੇਅਰ ਹਿੱਸੇ ਦਾ ਬਿਲਕੁਲ ਟਰੈਕਟਰ ਜਿਹੜੇ A1 ਨੇ। ਠੀਕ ਹੋ ਗਿਆ, ਲੋਕੇਸ਼ਨ ਦੋਸਤੋ ਟਰੈਕਟਰ ਦੀ ਜਿਹੜੀ ਇਹ ਜੀ ਛੋਟਾ ਸਹੀਵਾਲ ਦੀ। ਠੀਕ ਹੈ ਜੀ, ਟਰੈਕਟਰ ਦੋਸਤੋ ਪਹਿਲੇ ਓਨਰ ਦੇ ਕੋਲ ਹੈ, ਇੰਜਣ ਦਾ ਗੇਅਰ ਹਿੱਸੇ ਦਾ ਟਰੈਕਟਰ ਜ਼ਬਰਦਸਤ ਹੈ। ਲੋਕੇਸ਼ਨ ਟਰੈਕਟਰ ਦੀ ਜਿਹੜੀ ਉਹ ਹੈ ਜੀ ਛੋਟਾ ਸਹੀਵਾਲ ਦੀ। ਠੀਕ ਹੈ ਜੀ, ਓਨਰ ਦਾ ਨੰਬਰ ਜਿਹੜਾ ਉਹ ਤੁਸੀਂ ਨੋਟ ਕਰ ਲਓ, 0326-2269-972 ਇਹ ਓਨਰ ਦਾ ਨੰਬਰ ਹੈ, ਔਰ ਇਹ ਕਾਲ ਵਟਸਐਪ ਨੰਬਰ ਹੈ। ਠੀਕ ਹੈ ਜੀ, ਅੱਗੇ ਪਿੱਛੇ ਟਾਇਰ ਵੀ ਟਰੈਕਟਰ ਦੇ ਬਿਲਕੁਲ ਜ਼ਬਰਦਸਤ ਹਨ, ਸਮਾਨ ਟਰੈਕਟਰ ਨੂੰ ਸਾਰਾ ਲੱਗਾ ਹੈ, ਸਿਰਫ ਹੁੱਕ ਨਹੀਂ ਲੱਗੀ, ਬਾਕੀ ਛੱਤ ਵੀ ਲੱਗੀ ਹੈ, ਪਿੱਛੇ ਵਾਲੀ ਸੀਟ ਵੀ ਲੱਗੀ ਹੈ, ਬੰਪਰ ਵੀ ਲੱਗਾ ਹੈ। ਠੀਕ ਹੋ ਗਿਆ, ਬਾਕੀ ਦੋਸਤੋ ਵੀਡੀਓ ਜਿਹੜੀ ਉਹ ਤੁਹਾਨੂੰ ਕਿਵੇਂ ਦੀ ਲੱਗੀ, ਆਪਣੀ ਜਿਹੜੀ ਰਾਏ ਹੈ ਉਹਦਾ ਇਜ਼ਹਾਰ ਜਿਹੜਾ ਹੈ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰ ਦੇਣਾ। ਡਿਮਾਂਡ ਵੀ ਦੋਸਤੋ ਮੈਂ ਤੁਹਾਨੂੰ ਅੱਗੇ ਜਾ ਕੇ ਦੱਸ ਦਿੰਦਾ, ਇਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਦੇਣਾ ਕਿ ਡਿਮਾਂਡ ਟਰੈਕਟਰ ਦੀ ਜ਼ਿਆਦਾ ਹੈ ਜਾਂ ਕਮ ਹੈ। ਠੀਕ ਹੈ ਜੀ, ਅਤੇ ਬਾਕੀ ਦੋਸਤੋ ਅਗਰ ਕੋਈ ਵੀ ਤੁਹਾਨੂੰ ਮਸਲਾ ਮਸਾਇਲ ਹੋਵੇ ਤਾਂ ਤੁਸੀਂ ਉਹ ਵੀ ਕਮੈਂਟ ਬਾਕਸ ਵਿੱਚ ਜਿਹੜਾ ਹੈ ਉਹ ਤੁਸੀਂ ਦੱਸ ਸਕਦੇ ਹੋ। ਠੀਕ ਹੈ ਜੀ, ਕੋਈ ਚੀਜ਼ ਚਾਹੀਦੀ, ਕੋਈ ਚੀਜ਼ ਦੇਣੀ, ਉਹਦੇ ਵਾਸਤੇ ਚੈਨਲ ਦੀ ਡਿਸਕ੍ਰਿਪਸ਼ਨ ਨੂੰ ਓਪਨ ਕਰ ਲਓ, ਅਗਰ ਤੁਸੀਂ ਯੂਟਿਊਬ ਤੋਂ ਵੀਡੀਓ ਵੇਖ ਰਹੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਵਟਸਐਪ ਨੰਬਰ ਜਿਹੜਾ ਮੈਂ ਉਹ ਆਪਣਾ ਅਟੈਚ ਕੀਤਾ ਹੈ, ਤੁਸੀਂ ਉਸ ਨੰਬਰ 'ਤੇ ਰਾਬਤਾ ਕਰ ਲੈਣਾ। ਔਰ ਅਗਰ ਤੁਸੀਂ ਫੇਸਬੁੱਕ ਪੇਜ ਤੋਂ ਵੀਡੀਓ ਵੇਖ ਰਹੇ ਹੋ ਤਾਂ ਫੇਸਬੁੱਕ ਪੇਜ ਦੇ ਨਾਲ ਵੀ ਵਟਸਐਪ ਨੰਬਰ ਜਿਹੜਾ ਉਹ ਅਟੈਚ ਕਰ ਦਿੱਤਾ ਗਿਆ ਹੈ, ਤੁਸੀਂ ਵਟਸਐਪ ਫੇਸਬੁੱਕ ਪੇਜ 'ਤੇ ਵੀ ਵਟਸਐਪ ਦੇ ਨਾਲ ਰਾਬਤਾ ਮੇਰੇ ਨਾਲ ਕਰ ਸਕਦੇ ਹੋ। ਠੀਕ ਹੈ ਜੀ, ਯੂਟਿਊਬ 'ਤੇ ਵੀ ਡਿਸਕ੍ਰਿਪਸ਼ਨ ਨੂੰ ਓਪਨ ਕਰੇ ਸੋ ਤਾਂ ਵਿੱਚ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਸੀ, ਔਰ ਅਗਰ ਫੇਸਬੁੱਕ ਪੇਜ ਤੋਂ ਵੀਡੀਓ ਵੇਖ ਰਹੇ ਹੋ ਤਾਂ ਫੇਸਬੁੱਕ ਪੇਜ 'ਤੇ ਵੀ ਵਟਸਐਪ ਦਾ ਨੰਬਰ ਜਿਹੜਾ ਮੈਂ ਉਹ ਆਪਣਾ ਅਟੈਚ ਕਰ ਦਿੱਤਾ ਹੈ, ਤੁਸੀਂ ਉੱਥੇ ਵੀ ਰਾਬਤਾ ਕਰ ਸਕਦੇ ਹੋ। ਠੀਕ ਹੈ ਜੀ, ਟਰੈਕਟਰ ਦੋਸਤੋ ਕੰਡੀਸ਼ਨ ਦਾ ਬਿਲਕੁਲ ਜ਼ਬਰਦਸਤ ਹੈ, ਪਹਿਲੇ ਓਨਰ ਦੇ ਕੋਲ ਫਸਟ ਓਨਰ ਟਰੈਕਟਰ ਹੈ, ਔਰ ਬਕੌਲ ਟਰੈਕਟਰ ਦੇ ਓਨਰ ਦੇ ਇੰਜਣ ਜਿਹੜਾ ਦੋਸਤੋ ਇੱਕ ਦਫ਼ਾ ਖੁੱਲ੍ਹ ਚੁੱਕਾ ਹੈ। ਠੀਕ ਹੈ ਜੀ, ਅਤੇ ਡਿਮਾਂਡ ਦੋਸਤੋ ਟਰੈਕਟਰ ਦੀ ਜਿਹੜੀ ਉਹ ਹੈ ਜੀ 21 ਲੱਖ ਰੁਪਏ। ਸਮਾਨ ਜਿਹੜਾ ਦੋਸਤੋ ਤੁਹਾਨੂੰ ਵਿਖਾ ਦਿੱਤਾ ਹੈ ਜਿਹੜਾ ਨਾਲ ਹੈ ਸਾਰਾ ਹੀ ਲੱਗਾ ਹੈ, ਸਿਰਫ ਹੁੱਕ ਨਹੀਂ ਲੱਗੀ, ਔਰ ਨੰਬਰ ਵੀ ਟਰੈਕਟਰ ਨੂੰ ਆਲ ਪੰਜਾਬ ਦੇ ਲੱਗੇ, ਟਾਇਰ ਵੀ ਟਰੈਕਟਰ ਦੇ ਜਿਹੜੇ ਨੇ ਅੱਗੇ ਪਿੱਛੇ ਵਾਲੇ ਬਿਹਤਰੀਨ ਹਨ, ਔਰ ਕੰਡੀਸ਼ਨ ਵੀ ਦੋਸਤੋ ਟਰੈਕਟਰ ਦੀ ਜਿਹੜੀ ਉਹ ਵੀ ਜ਼ਬਰਦਸਤ ਹੈ। ਇੰਜਣ ਦਾ ਵੀ ਟਰੈਕਟਰ ਜਿਹੜੇ ਬਿਹਤਰੀਨ ਹੈ, ਗੇਅਰ ਹਿੱਸੇ ਦਾ ਵੀ ਟਰੈਕਟਰ ਜ਼ਬਰਦਸਤ ਹੈ।
ਔਰ 21 ਲੱਖ ਡਿਮਾਂਡ ਹੈ। 21 ਲੱਖ ਰੁਪਇਆ ਟਰੈਕਟਰ ਦਾ ਮਾਲਕ ਜਿਹੜਾ ਹੈ ਉਹ ਡਿਮਾਂਡ ਇਸਦੀ ਕਰ ਰਿਹਾ ਹੈ, ਫਾਈਨਲ ਹੈ, ਡਿਮਾਂਡ ਨਹੀਂ ਹੈ। ਡਿਮਾਂਡ ਸੁਣ ਕੇ ਘਬਰਾ ਗਿਆ ਨਾ ਕਰੋ, ਠੀਕ ਹੈ ਜੀ। ਓਨਰ ਦੇ ਨਾਲ ਰਾਬਤਾ ਜ਼ਰੂਰ ਕਰ ਲਿਆ ਕਰੋ। ਕੋਈ ਦੋਸਤ ਜਿਹੜੇ ਨੇ ਉਹ ਡਿਮਾਂਡ ਸੁਣ ਕੇ ਹੀ ਘਬਰਾ ਪੈਂਦੇ ਨੇ, ਤਾਂ ਡਿਮਾਂਡ ਸੁਣ ਕੇ ਘਬਰਾਉਣਾ ਨਹੀਂ ਚਾਹੀਦਾ। ਓਨਰ ਦਾ ਨੰਬਰ ਜਿਹੜਾ ਹੈ ਉਹ ਤੁਹਾਨੂੰ ਦਿੱਤਾ ਹੋ ਜਾਂਦਾ ਹੈ, ਇਸੇ ਵਾਸਤੇ ਵੀ ਕਿ ਤੁਸੀਂ ਟਰੈਕਟਰ ਦੇ ਓਨਰ ਦੇ ਨਾਲ ਰਾਬਤਾ ਕਰ ਸਕੋ, ਠੀਕ ਹੈ ਜੀ। ਮਾਲਕ ਦੋਸਤੋ ਟਰੈਕਟਰ ਦੀ ਜਿਹੜੀ ਡਿਮਾਂਡ ਹੈ ਉਹ ਹਮੇਸ਼ਾ ਜ਼ਿਆਦਾ ਕਰਦਾ ਹੈ, ਬਾਕੀ ਤੁਸੀਂ ਮਾਲਕ ਦੇ ਨਾਲ ਰਾਬਤਾ ਜਿਹੜਾ ਹੈ ਉਹ ਇੱਕ ਫੇਰੀ ਜ਼ਰੂਰ ਕਰ ਲਿਆ ਕਰੋ। ਅਤੇ ਬਾਕੀ ਦੋਸਤੋ ਥੈਂਕਸ ਫਾਰ ਵਾਚਿੰਗ ਟਰੈਕਟਰ ਪਾਵਰ ਜ਼ੋਨ, ਅੱਲਾ ਹਾਫਿਜ਼।